ਵਾਹਿਗੁਰੂ ਜੀ ਕੀ ਫਤਿਹ। ਬੀਤੇ ਦਿਨੀ ਜੋ ਤ੍ਰਿਪੁਰਾ ਦੇ ਮੁੱਖ ਮੰਤਰੀ ਵੱਲੋਂ ਜਾਟ ਜਾਤੀ ਜਾਂ ਘਰਾਣੇ ਜਾਂ ਸਿੱਖਾਂ ਦੇ ਸੰਬੰਧ ਵਿੱਚ ਇੱਕ ਬਹੁਤ ਹੀ ਘਟੀਆ ਸੋਚ ਦੇ ਸੰਬੰਧ ਵਿੱਚ ਇੱਕ ਬਿਆਨ ਦਿੱਤਾ, ਜਿਹਦੇ ਵਿੱਚ ਉਹਨੇ ਇਹ ਦਰਸਾਇਆ ਕਿ ਜਾਟ ਜਾਤੀ ਬਰਾਦਰੀ ਦੇ ਲੋਕ ਅਤੇ ਸਿੱਖ ਬਰਾਦਰੀ ਦੇ ਜਿਹੜੇ ਲੋਕ ਆ ਸਰੀਰਕ ਬਲ ਕਰਕੇ ਤਕੜੇ ਹੁੰਦੇ ਆ, ਬੁੱਧੀ ਕਰਕੇ ਬਹੁਤ ਜ਼ਿਆਦਾ ਨਲਾਇਕ ਅਤੇ ਕਮਜ਼ੋਰ ਹੁੰਦੇ ਆ। ਮੈਂ ਦੇਸ਼ਾਂ ਅਤੇ ਵਿਦੇਸ਼ਾਂ ਦੇ ਵਿੱਚ ਜਿਹੜੇ ਲੋਕ ਵੱਸਦੇ ਆ ਸਾਰਿਆਂ ਨੂੰ ਨਿਮਰਤਾ ਸਹਿਤ ਬੇਨਤੀ ਕਰਦਾ, ਜੇਕਰ ਪੰਜਾਬ ਦੀ ਧਰਤੀ 'ਤੇ ਵੱਖ ਵੱਖ ਥਾਵਾਂ 'ਤੇ ਸਿੱਖ ਨਾ ਵੱਸਦੇ ਹੁੰਦੇ ਸ਼ਾਇਦ ਹਿੰਦੁਸਤਾਨ ਦਾ ਨਾਮ ਹਿੰਦੁਸਤਾਨ ਨਾ ਹੁੰਦਾ। ਦਰਾ ਖੈਬਰ ਜਿਹੜਾ ਬੰਦ ਕੀਤਾ, ਜਿਸ ਰਸਤੇ ਤੋਂ ਦਰਾਨੀ ਲੁੱਟਣ ਵਾਸਤੇ ਹਿੰਦੁਸਤਾਨ ਦੀ ਇੱਜ਼ਤ ਆਬਰੂ ਅਤੇ ਧਨ ਪਦਾਰਥ ਲੁੱਟਣ ਵਾਸਤੇ ਆਉਂਦੇ ਸਨ, ਲੁੱਟ ਕਰਕੇ ਮੌਜ ਮਸਤੀਆਂ ਕਰਦੇ ਦਰੇ ਖੈਬਰ ਤੋਂ ਵਾਪਸ ਮੁੜਦੇ ਸਨ। ਦਰੇ ਖੈਬਰ ਨੂੰ ਬੰਦ ਕਰਨਾ ਇਹ ਸਿੱਖ ਜਰਨੈਲਾਂ ਦੀ ਹਿੱਸੇ ਵਿੱਚ ਆਇਆ। ਇਸੇ ਤਰ੍ਹਾਂ ਜੇਕਰ ਪੈਦਾਇਸ਼ ਜਾਂ ਖੇਤੀ ਦੀ ਉਣਤ ਦੇ ਸੰਬੰਧ ਵਿੱਚ ਜੋ ਜਾਟ ਜਾਦਰੀ ਜੱਟ ਬਰਾਦਰੀ ਜਿਹੜਾ ਗੁਰਮੁਖੋਂ ਖੇਤੀ ਕਰਦਾ ਉਹਨੂੰ ਆਪਾਂ ਜੱਟ ਕਿਰਤੀ ਕਹਿ ਦਿੰਦੇ ਹਾਂ, ਭਾਵੇਂ ਹਿਮਾਚਲ ਵਿੱਚ ਵੱਸਦਾ, ਭਾਵੇਂ ਹਰਿਆਣੇ ਵਿੱਚ ਵੱਸਦਾ, ਭਾਵੇਂ ਹਿੰਦੁਸਤਾਨ ਦੇ ਕਿਸੇ ਵੀ ਸੂਬੇ ਵਿੱਚ ਵੱਸਦਾ, ਉਹਨਾਂ ਨੇ ਆਪੋ ਆਪਣੇ ਸੂਬਿਆਂ ਵਿੱਚ ਦੇਸ਼ ਦੀ ਤਰੱਕੀ ਵਾਸਤੇ ਦੇਸ਼ ਦੀ ਉੱਨਤੀ ਵਾਸਤੇ ਭਾਰੀ ਕਰੜੀ ਮਿਹਨਤ ਕਰਕੇ ਅੰਨ ਪੈਦਾ ਕੀਤਾ, ਜਿਸ ਦੇ ਨਾਲ ਹਿੰਦੁਸਤਾਨ ਮਾਲੋ ਮਾਲ ਹੋਇਆ। ਇਸ ਕਰਕੇ ਜਿਸ ਬਰਾਦਰੀ ਜਿਸ ਘਰਾਣੇ ਨੇ ਵਿਸ਼ੇਸ਼ ਕਰਕੇ ਦੇਸ਼ ਦੀ ਤਰੱਕੀ ਵਾਸਤੇ ਸਹਿਯੋਗ ਦਿੱਤਾ, ਆਪਣਾ ਬਣਦਾ ਯੋਗਦਾਨ ਪਾਇਆ, ਗੁਰਮੁਖੋ ਉਹਨਾਂ ਨੂੰ ਇਸ ਤਰ੍ਹਾਂ ਦੇ ਬਿਆਨ ਦੇ ਕਰਕੇ ਜਲੀਲ ਨਹੀਂ ਕਰਨਾ ਚਾਹੀਦਾ। ਮੈਂ ਇਸ ਦਿੱਤੇ ਹੋਏ ਬਿਆਨ ਦੀ ਕਰੜੇ ਸ਼ਬਦਾਂ ਵਿੱਚ ਨਿਖੇਧੀ ਕਰਦਾ ਅਤੇ ਜਨਤਕ ਤੌਰ 'ਤੇ ਇਸ ਮੁੱਖ ਮੰਤਰੀ ਨੂੰ ਸਾਰੀ ਜਨਤਾ ਦੇ ਪਾਸੋਂ ਆਪਣੀ ਕੀਤੀ ਹੋਈ ਕਤਾਈ ਕੀਤੀ ਹੋਈ ਗਲਤੀ ਦੀ ਮਾਫ਼ੀ ਮੰਗ ਕਰਕੇ ਅੱਗੇ ਵਾਸਤੇ ਇਹੋ ਜਿਹੀਆਂ ਗੱਲਾਂ ਇਹੋ ਜਿਹੇ ਘਟੀਆ ਸੋਚ ਦੇ ਬਿਆਨ ਦੇਣ ਤੋਂ ਹਰ ਇੱਕ ਅਹੁਦੇਦਾਰ ਨੂੰ ਸੰਕੋਚ ਕਰਨਾ ਚਾਹੀਦਾ। ਇਹ ਮੇਰੀ ਸਾਰੀਆਂ ਸੰਗਤਾਂ ਨੇ ਬੇਨਤੀ ਪ੍ਰਵਾਨ ਕਰਨੀ। ਨਹੀਂ, ਸੋਸ਼ਲ ਮੀਡੀਆ 'ਤੇ ਇਹ ਤਾਂ ਉਹ ਗੱਲ ਬਣ ਗਈ ਨਾ, ਆਪੇ ਮੈਂ ਰੱਜੀ ਪੁੱਜੀ ਅਤੇ ਆਪੇ ਮੇਰੇ ਬੱਚੇ ਜਾਣ, ਇਸ ਤਰ੍ਹਾਂ ਕਦੇ ਵਾਸਤੇ ਜਨਤਾ ਨੇ ਮਾਫ਼ ਨਹੀਂ ਕਰਨਾ। ਜਿੰਨਾ ਚਿਰ ਤੱਕ ਮੀਡੀਏ 'ਤੇ ਆ ਕਰਕੇ ਮਾਫ਼ੀ ਨਹੀਂ ਮੰਗਦਾ ਜਿਸ ਤਰ੍ਹਾਂ ਬੋਲਿਆ, ਉਹਨਾਂ ਸ਼ਬਦਾਂ ਦੇ ਨਾਲ ਦੁਬਾਰਾ ਮੀਡੀਏ 'ਤੇ ਆ ਕਰਕੇ ਮਾਫ਼ੀ ਮੰਗੇ, ਕਿਉਂਕਿ ਸੰਗਤਾਂ ਦੇ ਵਿੱਚ ਹਰ ਇੱਕ ਜਾਤੀ ਬਰਾਦਰੀ ਦੇ ਵਿੱਚ ਭਾਰੀ ਰੋਸ ਆ। ਜੇਕਰ ਸੰਗਤਾਂ ਦਾ ਰੋਸ ਠੰਡਾ ਕਰਨਾ, ਭਾਰੀ ਬਰਾਦਰੀ ਦਾ ਰੋਸ ਠੰਡਾ ਕਰਨਾ, ਅਤੇ ਜਨਤਕ ਤੌਰ 'ਤੇ ਮੀਡੀਏ 'ਤੇ ਆ ਕਰਕੇ ਉਹਨਾਂ ਨੂੰ ਮਾਫ਼ੀ ਮੰਗ ਕਰਕੇ ਆਪਣੀ ਗਲਤੀ ਕੀਤੀ ਕੁਤਾਈ ਨੂੰ ਸਵੀਕਾਰ ਕਰਨਾ ਚਾਹੀਦਾ। ਜੇਕਰ ਤੁਹਾਨੂੰ ਸਾਡਾ ਇਹ ਉਪਰਾਲਾ ਚੰਗਾ ਲੱਗਾ ਹੈ ਤਾਂ ਇਸ ਨੂੰ ਲਾਈਕ ਕਰੋ, ਸ਼ੇਅਰ ਕਰੋ ਅਤੇ ਸਾਡੇ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਕਰੋ।